ਦੋਸਤੋ ਪ੍ਰੋਗਰਾਮ ਜਸ ਕੈਮਰੇ ਦੀ ਨਜ਼ਰ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਹਾਂ। ਤੁਹਾਨੂੰ ਪਤਾ ਕਿ ਅਕਸਰ ਅਸੀਂ ਪੂਰੇ ਉੱਤਰੀ ਅਮਰੀਕਾ ਦੇ ਵਿੱਚ ਸਾਡੀ ਕਮਿਊਨਿਟੀ ਵੱਲੋਂ ਕੀਤੀਆਂ ਜਾਂਦੀਆਂ ਸਰਗਰਮੀਆਂ ਦਾ ਇੱਕ ਗੁਲਦਸਤਾ ਜਿਹੜਾ ਉਹ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹੁੰਦੇ ਹਾਂ, ਤਾਂ ਜੋ ਕਿ ਤੁਹਾਡੇ ਵੱਲੋਂ ਬਹੁਤ ਹੀ ਸ਼ਲਾਘਾਯੋਗ ਜਿਹੜੇ ਚਾਹੇ ਉਹ ਧਾਰਮਿਕ ਕੰਮ ਨੇ, ਚਾਹੇ ਉਹ ਸਮਾਜਿਕ ਕੰਮ ਨੇ, ਚਾਹੇ ਉਹ ਰਾਜਨੀਤਿਕ ਉਪਰਾਲੇ ਨੇ, ਸਾਰੇ ਉਪਰਾਲਿਆਂ ਨੂੰ ਬਾਵਸਤਾ ਤਰਤੀਬ ਵਾਈਸ ਜਿਹੜਾ ਉਹ ਤੁਹਾਡੀ ਖਿਦਮਤ ਦੇ ਵਿੱਚ ਰੱਖ ਸਕੀਏ, ਅਸੀਂ ਆਪਣਾ ਇੱਕ ਫਰਜ਼ ਸਮਝਦੇ ਹਾਂ। ਗੱਲ ਧਾਰਮਿਕ ਮਰਿਆਦਾ ਤੋਂ ਸ਼ੁਰੂ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਅੱਜ ਦੁਨੀਆ ਭਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਔਰ ਲਸਾਨੀ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ। ਉੱਤਰੀ ਅਮਰੀਕਾ ਦੇ ਵਿੱਚ ਇਹਨਾਂ ਸਮਾਗਮਾਂ ਦਾ ਆਗਾਜ਼ ਬੀਤੇ ਦਿਨੀ ਨਿਊਯਾਰਕ, ਜਿਹੜਾ ਕਿ ਬਕਾਇਦਾ ਤੌਰ ਦੇ ਉੱਤੇ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ, ਔਰ ਨਿਊਯਾਰਕ ਦੇ ਸਮੋਕੀ ਪਾਰਕ ਦੇ ਵਿੱਚ ਕੀਤੇ ਗਏ ਇੱਕ ਵਿਸ਼ਾਲ ਸਮਾਗਮ ਤੋਂ ਕੀਤਾ ਗਿਆ। ਭਾਵੇਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਸਮਾਗਮ ਜਿਹੜੇ ਨੇ ਉਹ ਰਚਾਏ ਜਾਣੇ ਨੇ, ਪਰ ਇਹ ਸਮਾਗਮ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਅਤੇ ਸਮੂਹ ਗੁਰੂ ਘਰਾਂ ਦੇ ਸਹਿਯੋਗ ਅਤੇ ਉਹਨਾਂ ਨੂੰ ਨਾਲ ਲੈ ਕੇ ਕੀਤਾ ਗਿਆ ਇੱਕ ਪਲੇਠਾ ਸਮਾਗਮ ਸੀ, ਜਿਸ ਦੇ ਵਿੱਚ ਵੱਖ ਵੱਖ ਧਾਰਮਿਕ ਲੋਕਾਂ ਨੇ ਆਪਣੀ ਸ਼ਰਧਾ ਦੇ ਮੁਤਾਬਕ ਕਥਾ ਕੀਰਤਨ ਔਰ ਢਾਡੀ ਵਾਰਾਂ ਦੇ ਰਾਹੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਭਾ ਨੂੰ ਲੋਕਾਂ ਦੇ ਰੂਬਰੂ ਕੀਤਾ। ਆਓ ਵੇਖਦੇ ਹਾਂ ਜਸ ਕੈਮਰੇ ਦੀ ਨਜ਼ਰ ਦੇ ਵਿੱਚ ਇਸ ਪ੍ਰੋਗਰਾਮ ਦੀਆਂ ਚੰਦ ਝਲਕਾਂ। ਸਾਰੀਆਂ ਸਮੂਹ ਟਰਾਈ ਸਟੇਟ ਦੀਆਂ ਜੋ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਮੈਂ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਗੁਰਪੁਰਬ ਦੀ ਬਹੁਤ ਬਹੁਤ ਮੁਬਾਰਕਬਾਦ ਵਧਾਈ ਪੇਸ਼ ਕਰਦਾ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਸਾਰੇ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਕੇ ਗਏ ਸਨ, ਆਪਣੇ ਮਨਾਂ ਦੇ ਵਿੱਚੋਂ ਹੰਕਾਰ ਲੋਭ ਮੋਹ ਹੰਕਾਰ ਨੂੰ ਛੱਡਣਾ। ਗੁਰੂ ਨਾਨਕ ਸਾਹਿਬ ਜੀ 70 ਸਾਲਾਂ ਦੀ ਉਮਰ 'ਚ ਪੜ੍ਹਨ ਲੱਗੇ ਸਨ ਅਤੇ ਉਹਨਾਂ ਨੇ 13 ਸਾਲ ਦੀ ਉਮਰ ਤੱਕ ਪੜ੍ਹਾਈ ਕੀਤੀ ਹੈ। ਉਹ ਇੰਨੀ ਤੀਖਣ ਬੁੱਧੀ ਦੇ ਮਾਲਕ ਸਨ। ਉਹਨਾਂ ਨੇ ਉਸ ਵੇਲੇ ਉਹਨਾਂ ਜਿਹੜੇ ਪੜ੍ਹਾਉਣ ਵਾਲੇ ਸਨ ਉਹਨਾਂ ਨੂੰ ਇੱਕੋ ਸਵਾਲ ਕੀਤਾ ਸੀ, ਕਹਿਣ ਲੱਗੇ ਮਨੁੱਖ ਪੜ੍ਹਦਾ ਕਿਉਂ ਹੈ? ਕਹਿਣ ਲੱਗੇ ਪੜ੍ਹਦਾ ਇਸ ਲਈ ਵੀ ਇਹਨੂੰ ਹਿਸਾਬ ਕਿਤਾਬ ਕਰਨਾ ਆ ਜਾਏ। ਸਾਹਿਬ ਕਹਿਣ ਲੱਗੇ ਵੀ ਤੁਸੀਂ ਕਦੇ ਹਿਸਾਬ ਕਿਤਾਬ ਕੀਤਾ? ਉਹ ਪੜ੍ਹਾਉਣ ਵਾਲੇ ਕਹਿਣ ਲੱਗੇ ਸਾਡਾ ਤਾਂ ਕੰਮ ਹੀ ਨਹੀਂ ਹਿਸਾਬ ਕਿਤਾਬ ਦਾ, ਤੁਸੀਂ ਪਟਵਾਰੀਆਂ ਦੇ ਪੁੱਤ ਹੋ, ਤੁਸੀਂ ਸਿੱਖੋ। ਹਜ਼ੂਰ ਕਹਿਣ ਲੱਗੇ ਨਹੀਂ, ਹਿਸਾਬ ਕਿਤਾਬ ਤਾਂ ਸਭ ਨੂੰ ਕਰਨਾ ਆਉਣਾ ਚਾਹੀਦਾ। ਕਹਿਣ ਲੱਗੇ ਅਸੀਂ ਹਿਸਾਬ ਕਿਤਾਬ ਕਾਹਦਾ ਕਰਨਾ? ਕਹਿਣ ਲੱਗੇ ਮੈਂ ਤੁਹਾਨੂੰ ਦੱਸ ਅੱਜ ਵੱਡੀਆਂ ਵੱਡੀਆਂ ਜਥੇਬੰਦੀਆਂ, ਵੱਡੇ ਵੱਡੇ ਵਿਗਿਆਨਕਾਰ, ਖੋਜਕਾਰ, ਜਿੰਨੇ ਵੀ ਦੁਨੀਆ ਦੇ ਅੰਦਰ ਸਿਆਣੇ ਤੋਂ ਸਿਆਣੇ ਬੰਦੇ ਨੇ ਨਾ, ਉਹ ਇੱਕ ਗੱਲ ਕਹਿੰਦੇ ਨੇ, ਜੋ ਬਾਬਾ ਨਾਨਕ ਕਹਿ ਗਿਆ ਨਾ ਉਹਦੀ ਵਿਆਖਿਆ ਕਰਨੀ ਵੱਡੇ ਵੱਡੇ ਵਿਗਿਆਨਕਾਰਾਂ ਦੇ ਵੱਸ ਦਾ ਕੰਮ ਨਹੀਂ ਗਾ, ਵੱਸ ਦਾ ਕੰਮ ਨਹੀਂ। ਜੋ ਉਹ ਕਰਕੇ ਚਲੇ ਗਏ ਨੇ ਉਹ ਕਰਨਾ ਔਖਾ। ਮੈਂ ਜਿੱਥੇ ਮੁਬਾਰਕਬਾਦ ਦੇਵਾਂਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਵਰੇ ਦੇ ਅਮਰੀਕਾ ਨਹੀਂ ਉੱਤਰੀ ਅਮਰੀਕਾ ਦੇ ਵਿੱਚ ਜੇਕਰ ਪ੍ਰੋਗਰਾਮਾਂ ਦਾ ਆਗਾਜ਼ ਕੀਤਾ ਤਾਂ ਉਸ ਦੀ ਸਭ ਤੋਂ ਵੱਡੀ ਪਹਿਲਕਦਮੀ ਜਿਹੜੀ ਹੈ ਸਾਡੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਵੱਲੋਂ ਹੋਈ ਹੈ। ਸਾਡੇ ਸਤਿਕਾਰਯੋਗ ਪ੍ਰੈਜ਼ੀਡੈਂਟ CEO ਪੈਨੀ ਕੇ ਸੰਧੂ, ਜਿਨ੍ਹਾਂ ਨੇ ਤੁਹਾਡੇ ਨਿਊਯਾਰਕ ਵਾਲਿਆਂ ਦੇ ਆਸ਼ੀਰਵਾਦ ਨਾਲ, ਦੁਆਵਾਂ ਦੇ ਨਾਲ ਨਿਊਯਾਰਕ ਤੋਂ ਸਫ਼ਰ ਸ਼ੁਰੂ ਕਰਕੇ ਜਸ ਬ੍ਰੌਡਕਾਸਟਿੰਗ, ਜਸ ਪੰਜਾਬੀ ਅਤੇ ਜਸ ਪੰਜਾਬੀ ਦੇ 4 ਚੈਨਲਾਂ ਦਾ ਪਸਾਰਾ ਦੁਨੀਆ ਭਰ ਦੇ ਵਿੱਚ ਕੀਤਾ ਅਤੇ ਉਸ ਵਾਸਤੇ ਅਸੀਂ ਸਮੁੱਚੀ ਸੰਗਤ ਦੇ ਸ਼ੁਕਰਗੁਜ਼ਾਰ ਹੈ। ਅਤੇ ਅੱਜ ਦੇ ਇਸ ਵੱਡੇ ਸਮਾਗਮ ਦੇ ਵਿੱਚ ਮੈਂ ਇੱਕ ਜ਼ਰੂਰ ਰਹੱਸ ਦੱਸਣਾ ਚਾਹਾਂਗਾ ਕਿ ਜਦੋਂ ਪੈਨੀ ਜੀ ਹੋਣਾਂ ਨੇ ਇਹ ਕਦਮ ਪੁੱਟਿਆ ਸੀ ਚੈਨਲ ਨੂੰ ਲਾਂਚ ਕਰਨ ਦਾ, ਚੈਨਲ ਦਾ ਨਾਂ ਰੱਖਣ ਦਾ, ਤਾਂ ਉਸ ਵੇਲੇ ਬਕਾਇਦਾ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪਹਿਲਾ ਅੱਖਰ ਜਿਹੜਾ ਸੀ ਉਹ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਦੇ ਵਿੱਚ ਨਮਸਤਕ ਹੋ ਕੇ ਪ੍ਰਾਪਤ ਕੀਤਾ ਸੀ। ਔਰ ਹਮੇਸ਼ਾ ਸਾਨੂੰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਦੇ ਨਾਲ ਆਪਣੇ ਬਹੁਤ ਹੀ ਪਵਿੱਤਰ ਰਿਸ਼ਤਿਆਂ ਦੇ ਉੱਤੇ ਔਰ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਮੌਜੂਦਾ ਪ੍ਰਬੰਧਕ ਮੁੱਖ ਸੇਵਾਦਾਰ ਸਰਦਾਰ ਗੁਰਮੀਤ ਸਿੰਘ ਜੀ, ਸਰਦਾਰ ਹਿੰਮਤ ਸਿੰਘ ਜੀ ਜਨਰਲ ਸਕੱਤਰ, ਸਰ ਰਘਵੀਰ ਸਿੰਘ ਸੁਭਾਨਪੁਰ, ਮਾਸਟਰ ਮਹਿੰਦਰ ਸਿੰਘ ਜੀ ਔਰ ਪ੍ਰੀਤਮ ਸਿੰਘ ਗਿੱਲ ਜੀਆਂ, ਹੋਰ ਸਾਰੇ ਜਿੰਨੇ ਵੀ ਮੈਂਬਰਾਨ ਨੇ ਸਾਰੇ,
मैं समझांगा कि ये सब कुछ वास्ते और इन सारिया दुआवां वास्ते अज एक मौका है कि गुरु नानक पातशाह जी के 550वें इस गुरपुरब के उत्ते पैनी संधु जी होर का सन्मान जिहड़ा है वह हो रहा। असी इस सन्मान नूं सन्मान नहीं तुहाडियां दुआवां ते तुहाडा आशीर्वाद समझांगे। इन्हां लफ्ज़ां दे विच मैं धन्नवाद करांगा प्रबंधक कमेटी का, कोई लफ्ज़ घट वध बोलिया गया होवे ते खिमा दा जाचक है। वाहेगुरु जी का खालसा वाहेगुरु जी की फतेह। ये सन साढ़े सत्कारयोग वीर अरविंदर रियाड़ जिहड़े कि बहुत लंबे समय तो नाल ही भैणी जी की सेवा कर रहे हैं, 13 साल तो लगातार ये सेवा निभा रहे हैं। इन्हों का बहुत समाज के अक्ष है, सो बहुत बहुत इन्हों का धन्यवाद। उन्हें बेनती करना कि भैणी संधु जी जो कि जस पंजाबी तो CEO ये इन्हों कहना अगे आ जाए, साढ़े प्रधान सारे सबका प्रधान जोड़े मौजूदा मैंबर सारे आ जाओ, को रह ना जाए ना नहीं मैं किसी का लेना। देश प्रदेश दे विच सारे वर्ल्ड दियां संगतां जिहड़ियां जो लाइव समागम दा लाह लै रहे हो, सारे मन बिरती टिकाओ एकाग्र चित होवो, सारी संगत मिल के गुर फतेह दी सांझ पाओ ते सारे आखो वाहिगुरु जी का खालसा वाहिगुरु जी की फतेह। धन गुरु नानक देव महाराज सच्चे पातशाह दा 550 साल प्रकाश दिहाड़ा जिहड़ा नवंबर दे महीने विच आउण वाले दिनां च आ रिहा। विदेश की धरती के उत्ते बच्चों तो लैके नौजवानों तक व्डे पद्धर के उत्ते सिख धर्म के नाल जुड़न की कवायत जी अगे तो अगे वधती जा रही है। विदेश की धरती सिख बाणी और खास तौर के उत्ते गुरमत प्रचार के अपनी पितरी भूमि पंजाब नूं भी कटती जा रही है। बीते दिन गुरुद्वारा सिख कल्चर सुसायटी रिचमेंट हिल विखे मैदानी जंग भाव कि सिख कौम का मार्शल आर्ट गतका जिहड़ा उसते कंपीटीशन करवाए गए, जिस दे विच लगभग वख वख स्टेटां तों गतके दे 150 प्रतियोगियां ने खास तौर दे उत्ते जिहड़ा सी ओह हिस्सा लिया। आओ वेखते हैं जस कैमरे दी नज़र दे विच इस खास प्रोग्राम दीयां चंद झलकां। वाहिगुरु जी का खालसा वाहिगुरु जी की फतेह। महाराज की कृपा दे नाल अज पंजवां सालाना मैदाने जंग 2019 जो गतके दा मुकाबला हो रहा रिचमेंट हिल विखे 118 गुरु घर सिख कल्चरल सोसायटी विखे। सो महाराज की कृपा दे नाल असी साडा इह पंजवां सालाना टूरनामेंट है, ये असी 4 साल पहला 2014 दे विच असी इह शुरू कीता सी। सो हर साल महाराज की कृपा दे नाल बड़ी ही चढ़दी कला नाल प्रोग्राम हुंदा आ। जिदा कि पहले साल असी जदों शुरू कीता सी साढ़े को तकरीबन 35 तो 40 बच्चे इस दे विच आ के हिस्सा लिया सी। इस साल जो अज प्रोग्राम हो रहा है इस दे विच 150 तो उपर बच्चों ने हिस्सा लिया। सो ये अपने आप यह महाराज की कृपा दे नाल अपने आप विच तुसी देख सकते हैं कि पिछले 5 सालों दे विच किन्नियां इंप्रूवमेंट्स आईयां, कित्थे 40 बच्चे ते कित्थे अज 150 बच्चे भाग लै रहे आ। सो महाराज की कृपा दे नाल जिहड़े साडे स्पोंसर हन, खास करके 118 गुरु घर की कमेटी होगी, भाई साहब भाई गुरदेव सिंह जी कंघ, भाई कुलदीप सिंह जी ढिल्लों, भाई बलाका सिंह जी ਅਤੇ ਨਾਲ ਦੇ ਸਿੰਘ ਜਿੰਨੇ ਵੀ ਆ, ਭਾਈ ਅਵਤਾਰ ਸਿੰਘ ਬ੍ਰਹਮਾ, ਲੰਗਰ ਵਾਲੇ ਸਿੰਘ ਭਾਈ ਸੀਤਲ ਸਿੰਘ ਜੀ ਹੁਣੀ ਹੋ ਗਏ। ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਹੋ ਰਿਹਾ ਆ ਅਤੇ ਨਾਲ ਦੇ ਜਿਹੜੇ ਸ਼ਹਿਰਾਂ ਦੇ ਗੁਰੂ ਘਰ ਦੀਆਂ ਕਮੇਟੀਆਂ ਹਨ, ਸਿੰਘ ਸਭਾ ਗੁਰੂ ਘਰ ਭਾਈ ਸਾਹਿਬ ਭਾਈ ਪ੍ਰਦੀਪ ਸਿੰਘ ਜੀ ਹੋ ਗਏ, ਅਤੇ ਸਾਊਥ ਜਰਸੀ ਵਿੱਚ ਲੋਰੈਂਸਫਿਲ ਗੁਰੂ ਘਰ, ਫਿਲਡਾਫੀਆ ਗੁਰੂ ਘਰ, ਸਾਰੇ ਇਹ ਗੁਰੂ ਘਰ ਸਾਡੇ ਸਹਿਯੋਗ ਦਿੰਦੇ ਆ ਹਰ ਸਾਲ। ਸੋ ਇਹਨਾਂ ਦੀ ਬਹੁਤ ਬਹੁਤ ਮਹਾਰਾਜ ਦੀ ਕਿਰਪਾ ਦੇ ਨਾਲ, ਇਹਨਾਂ ਦੀ ਜੋ ਸਪੋਂਸਰਸ਼ਿਪ ਸਾਨੂੰ ਹਰ ਸਾਲ ਸਪੋਰਟ ਮਿਲਦੀ ਹੈ ਉਹਨਾਂ ਦੇ ਨਾਲ ਇਹ ਜੋ ਪ੍ਰੋਗਰਾਮ ਹਰ ਸਾਲ ਇਹ ਚੜ੍ਹਦੀ ਕਲਾ ਨਾਲ ਹੋ ਰਿਹਾ ਆ। ਸੋ ਇਹਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਤਾਂ ਜੋ ਸਾਡਾ ਮੈਦਾਨੇ ਜੰਗ ਦਾ ਇੱਕ ਦਿਨ ਦਾ ਜੋ ਗੱਤਕਾ ਮੁਕਾਬਲਾ ਹੈ ਇਸ ਦੀ ਤਿਆਰੀ ਦੇ ਵਿੱਚ ਅਸੀਂ ਪੂਰਾ ਸਾਲ ਕੱਢਦੇ ਹਾਂ, ਜਿੱਥੇ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਗੱਤਕੇ ਦੀ, ਸਿੱਖ ਮਾਰਸ਼ਲ ਆਰਟ ਦੀ, ਉੱਥੇ ਨਾਲ ਨਾਲ ਗੁਰਮਤ ਵਿੱਦਿਆ ਗੁਰਬਾਣੀ ਦੀ ਸੰਥਿਆ ਵੀ ਨਾਲ ਨਾਲ ਦਿੱਤੀ ਜਾਂਦੀ ਹੈ। ਸੋ ਮਹਾਰਾਜ ਦੀ ਕਿਰਪਾ ਨਾਲ ਜਦੋਂ ਬੱਚੇ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਨਾਲ ਜੁੜਦੇ ਆਪਣੇ ਆਪ ਉਹ ਸਿੱਖੀ ਦੇ ਵਿੱਚ ਆਉਂਦੇ ਹਨ। ਇੱਕ ਇਹ ਸਿੱਖ ਮਾਰਸ਼ਲ ਆਰਟ ਸ਼ਾਸਤਰ ਵਿੱਦਿਆ ਇੱਕ ਸਿੱਧਾ ਰਸਤਾ ਹੈ ਮਹਾਰਾਜ ਦੀ ਸਿੱਖੀ ਦੇ ਵਿੱਚ ਆਉਣ ਦਾ। ਜਦੋਂ ਬੱਚੇ ਗੱਤਕੇ ਦੇ ਨਾਲ ਸ਼ਾਸਤਰ ਵਿੱਦਿਆ ਨਾਲ ਜੁੜਨਗੇ, ਨਾਲ ਬਾਣੀ ਨਾਲ ਵੀ ਜੁੜਨਗੇ, ਨਾਲ ਬਾਣੀ ਨਾਲ ਵੀ ਜੁੜਨਗੇ। ਸੋ ਸਾਰਿਆਂ ਨੂੰ, ਸਾਰੇ ਪੇਰੈਂਟਸ ਨੂੰ ਬੇਨਤੀ ਆ ਸਾਡੇ ਵੱਲੋਂ ਗੱਤਕਾ ਅਖਾੜਾ ਬਾਬਾ ਸ਼ਹੀਦ ਬਾਬਾ ਅਜੀਤ ਸਿੰਘ ਵੱਲੋਂ ਕਿ ਤੁਸੀਂ ਵੀ ਆਪਣੇ ਲੋਕਲ ਗੁਰੂ ਘਰਾਂ ਵਿੱਚ ਜਿੱਥੇ ਵੀ ਬੱਚੇ ਸਾਡੇ ਸਿੱਖ ਨੌਜਵਾਨ ਬੱਚਿਆਂ ਨੂੰ ਉੱਥੇ ਗੱਤਕੇ ਦੇ ਪ੍ਰੋਗਰਾਮ ਸ਼ੁਰੂ ਕਰੋ ਤਾਂ ਕਿ ਅਸੀਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਹਨ ਇਸ ਗੱਤਕੇ ਦੇ ਰਾਹੀਂ ਜੋ ਮਹਾਰਾਜ 6ਵੇਂ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਸਾਨੂੰ ਇਹ ਸ਼ਾਸਤਰ ਵਿੱਦਿਆ ਦੀ ਦਾਤ ਦਿੱਤੀ ਆ,
ਉਹਦੇ ਨਾਲ ਬੱਚੇ ਜੁੜ ਸਕਣ ਅਤੇ ਉਹਨਾਂ ਦੀਆਂ ਖੁਸ਼ੀਆਂ ਲੈਣ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ 15 ਅਗਸਤ ਨਜ਼ਦੀਕ ਆ ਰਹੀ ਹੈ, ਉੱਥੇ ਨਿਊਯਾਰਕ ਦੀ ਧਰਤੀ ਦੇ ਉੱਤੇ ਵੀ ਇੱਕ ਇੰਡੀਆ ਡੇ ਪਰੇਡ ਤੋਂ ਵੱਧ ਕੇ ਹੁਣ ਕਈ ਪਰੇਡ ਜਿਹੜੀਆਂ ਉਹ ਵੱਖ ਵੱਖ ਇਲਾਕਿਆਂ 'ਚ ਨਿਕਲਣ ਲੱਗ ਪਈਆਂ ਨੇ, ਜਿੱਥੇ ਭਾਰਤੀ ਬਿਜ਼ਨਸਮੈਨ ਜਿਹੜੇ ਨੇ ਉਹ ਨਿਊਯਾਰਕ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਜਿਹੜੇ ਨੇ ਉਹ ਵੱਧਦੇ ਜਾ ਰਹੇ ਨੇ। ਉਸੇ ਤਰ੍ਹਾਂ ਬੈਲਰੋਜ਼ ਦੇ ਵਿੱਚ ਵੀ ਬਕਾਇਦਾ ਤੌਰ ਦੇ ਉੱਤੇ ਬੈਲਰੋਜ਼ ਮਰਚੈਂਟ ਐਸੋਸੀਏਸ਼ਨ ਵੱਲੋਂ ਪਿਛਲੇ 3 ਸਾਲਾਂ ਤੋਂ ਇੰਡੀਆ ਡੇ ਪਰੇਡ ਕੱਢੀ ਜਾ ਰਹੀ ਹੈ, ਔਰ ਇਸ ਵਾਰ ਵੀ 4th ਇੰਡੀਆ ਡੇ ਪਰੇਡ ਨੂੰ ਕੱਢਣ ਵਾਸਤੇ ਇੱਕ ਵਿਸ਼ੇਸ਼ ਉਪਰਾਲਾ, ਇੱਕ ਵਿਸ਼ੇਸ਼ ਮੀਟਿੰਗ ਔਰ ਵਿਚਾਰਾਂ ਦਾ ਆਦਾਨ ਪ੍ਰਦਾਨ ਬੈਲਰੋਜ਼ ਦੇ ਵਿੱਚ ਹੋਇਆ। ਆਓ ਵੇਖਦੇ ਹਾਂ ਸਾਡੇ ਪ੍ਰਤੀਨਿਧ ਦੀ ਇੱਕ ਖਾਸ ਰਿਪੋਰਟ ਬੈਲਰੋਜ਼ ਨਿਊਯਾਰਕ ਤੋਂ ਇੰਡੀਆ ਡੇ ਪਰੇਡ ਸੰਬੰਧੀ ਜਸ ਕੈਮਰੇ ਦੀ ਨਜ਼ਰ ਵਿੱਚ। We're happy to be here today. Thank you for inviting us. Unfortunately, Detective Cooper couldn't make it today, but we were in the area, so we're happy to be here to enjoy the ceremony with you guys. Enjoy the day. Yeah, like my partner said, we support you, and we're so thankful that you support us. So, thank you. We started in 2015-2019. This year we have the parade on a Sunday. All these years we had it on a Saturday. So this year Mother Nature has told me she's going to bless us. So which is very good, and I'm expecting thousands of people. On behalf of Floral Park Belrose Indian Merchant Association, it gives me a great pleasure to welcome you all to this 4th Queen's India Parade Curtain Raiser. From last 4 years, it's been the same event, the same style, everything. But we're trying to improve every year. And I hope that your support continues with us, and we can really do something better than before. We are putting up this parade to commemorate the dedication of our forefathers. Independence is not God, you know, just like that. It has been, they fought for so many years. During the last 4 years, heard anything negative about this parade? All positive, all positive. Year after year, this parade is getting more shape, more organized. To celebrate Indian independence, just like we celebrate American independence. We believe in America, we believe in independence, we all share the same values together. Kini Prabhakar, I'm the president of Maharashtra Mandal, New York. And Maharashtra is synonymous with Navari Sari and Lejim. Hopefully we can do it a better one than last year. And I am working with so many organizations, especially with FOMA, Well, Malayali Council, Kerala Samaj. Sometimes you might see people standing on the roadside, but this time we are going to pull all of them into the float. We have float this time. We never had a float before, but this time we have float. We came from one nation. Whether we are from south, east, north or west, doesn't make a difference. Whether our culture is different, doesn't make any difference whatsoever. And I think we're going to have a good crowd with their own uniform, their own music, and their own way of doing Hare Rama, Hare Krishna. See, you people and Punjabi, but I don't feel any different. Our purpose is to make our parades very successful. Or I'm from the Maharashtra chapter of president. I had done my job all the time, and I want you all people to participate. But we're still loyal to our India. Just think of the first parade, because once the blueprint is made, then the second, third, fourth and fifth, sixth may be easy, but the first parade, it was a kickoff, and that was a pioneering work, and that was not easy. TNA, Kerala Cultural Association of North America, we used to participate in the
parade every year. My name is Tara Shajan. I am the president for Indian Nurses Association of New York chapter. You have to just work and focus and support to the people if you want to grow your any association. When I see this parade, I just remind me about India. When I was living in the colony in Bombay and we were about 10 buildings, we used to take the trucks and fill the people with all the people going to Mumbai or the Shivaji Park and get the parade and on 26th January and 15th August here. So I encourage all of you, if you know any choreographers, any dancers who want to come forward and participate at the cultural event. All the best to the committee members as well as Hemant Bhai, Subhash Bhai. दोस्तों जिथे साढ़े पंजाबी जड़े ने अमरीका की राजनीति दे विच भी नवे दिसहदे जड़े ने कायम कर रहे हैं उत्थे ये गल करनी बनती है कि वक् वक् पोजिशन के उत्ते पंजाबी ते खास तौर के उत्ते पूर्ण रूप के सिखा नू भी वड्डे पद्धर के उत्ते प्रतिनिधता जिहड़ी है वह मिल रही है। बीते दिन एशियक एशियन पैसिफिक डेमोक्रेटिक एसोसीएशन वालों एक समागम करवाया गया और इस समागम के क्रिसमैन हालन जिहड़े कि सैनेटर ने और जिमी राक्सन और डेविड ट्रान ते खास तौर के उत्ते 25 तो वध मैरीलैंड दियां इलेक्टेड ऑफिशियलां ने इस प्रोग्राम दे विच हिस्सा लिया और खास तौर दे उत्ते इस ऑर्गेनाइजेशन दा चेयरमैन साहब सूरत सिख और जाने पहचाने सिख मसलों दे उत्ते प्रतिक्रम करन वाले सरदार बख्शीर सिंह वाशिंगटन डीसी नूं चुनिया गया। साडे प्रतिनिधि सरमुख सिंह मनकू दी एक खास रिपोर्ट, आओ वेखदे हां जस कैमरे की नज़र विच। Somebody I've worked with for a very long time, Bakshi Shit. So thank you very much for your leadership. This is a moment of great peril for our country, but it can be a moment of great opportunity if we all work together. So thank you all very much. CA is excited to see everyone in this room, and we are very excited for the next year to be fighting with you for more funding for our... My name is Gabriel Acevero, and I'm the delegate for District 39. If you live in Gaithersburg, Montgomery Village, Germantown, Clarksburg, Washington Grove, I'm proud to represent you. I want to really thank KPAT for all the work that they're doing. I've been working with KPAT since I was a young activist. And it's always been a great pleasure to work with Judge Pak and, of course, Senator Susan Lee on the important issues that impact all of our communities. Be here. It's very good to be elected representative in the city of Gaithersburg, the most diverse city in America. We welcome diversity. We welcome the opportunity to include everyone into our community. So, Congressman Chon had talked about H.R. 1044, which was about promoting the quotas that are in vis at the moment for... educated minorities coming from different countries, and that's very important to us because we have a lot of people in different countries that are highly educated, highly trained, that are looking for jobs but aren't able to get green cards. And we believe in coming together to do the teamwork for the benefit of all communities, and we are also grateful for our Maryland Democratic Chair supporting that endeavor because she believes what we've been doing for the last 22 years, and that's the way Democratic Party should go. And we are very grateful to her for changing the direction of the party for the benefit of all communities. State Senator Susan Lee, I represent District 16 in Maryland State Senate. Very delighted to be here at the Coalition of Asian Pacific American Democrats of Maryland, installation of their new officers, but also their annual meeting. We're very proud to have as our new co-chair, Bashish Singh, who's going to make a great chairman of the statewide Democratic AAPI organization, which, you know, in the upcoming year, the next election will be one of the most important in our country. So my name is Mark Elwich. I'm the Montgomery County Executive. Montgomery County is the largest county in the state of Maryland. We're over a million people. We have an amazingly diverse population, and the Asian community is one of, if not the fastest growing communities in the county. We are blessed with a community that plays, you know, many roles in Montgomery County life. They're very active in medical fields, they're active in scientific fields, active in the IT industry, which is, you know, very important to us.
active in education, and they play an important role in Montgomery County's economy. And part of my job is to make sure that our economy becomes more inclusive, particularly how the government, you know, both serves people, but how we choose people to do work in Montgomery County. We need to make sure that this county is ensuring that everybody has an equal opportunity at getting business opportunities in the county and to share in the prosperity of the county. So I'm very happy to be here. Thank you, Mark. Mark is the county executive, and he's been the champion for this Montgomery County. And here is the Senator Susan Lee. We had a great event here. There was a Congressman Jimmy Raskin, Congressman David Tron, and Senator Chris Van Hollen been here. We had a lot of turnout here, which was great. And these are the leaders. They want to change America. They want to change everywhere, because we are not having to say something here. We are minorities here, not being a representative. So Mark is great. Like I said, if we want to do any interfaith, if we want to celebrate any of the events, his doors are always open. So, and another thing is, I wanted to say that we have an event coming up, 550th Guru Nanak's celebration, that 550th Guru Nanak's birthday celebration, August 31st. Jinne vi mere veer bhan sun rahe han ke 550 sala jo pichle assi kai mahinyan to announcement karde rahe aa rahe han ke August 31st National Mall, Washington DC, jo ke world di capital hai, so we gonna celebrate there, and we want all the organizations and gurdwara diyan prabandhak committee nu benti karde han ke zarur tusi vadh chad ke ਇਹਨਾਂ ਦੇ ਵਿੱਚ ਹਿੱਸਾ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਰੀਲੈਂਡ ਸਟੇਟ ਦੇ ਵਿੱਚ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਗੁਰਦੁਆਰਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ, ਔਰ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਵੱਲੋਂ ਹਰ ਸਾਲ ਬੱਚਿਆਂ ਦਾ ਗੁਰਮਤਿ ਕੈਂਪ ਆਪਣੇ ਆਪ ਦੇ ਵਿੱਚ ਹੀ ਇੱਕ, ਮੈਂ ਸਮਝਾਂਗਾ ਕਿ ਧਾਰਮਿਕ ਵਚਨਬੱਧਤਾ ਦਾ ਸਿਖਰ ਹੋ ਜਾਂਦਾ। ਇਸ ਵਾਰ ਵੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਵੱਲੋਂ ਗੁਰਮਤਿ ਕੈਂਪ ਲਗਾਇਆ ਗਿਆ, ਜਿਸ ਦੇ ਵਿੱਚ ਮੈਂ ਸਮਝਾਂਗਾ ਪੰਜਾਬੀ ਜ਼ਬਾਨ ਅਤੇ ਗੁਰਮਰਿਆਦਾ ਦੇ ਨਾਲ ਬੱਚਿਆਂ ਨੂੰ ਜੋੜਨ ਵਾਸਤੇ ਲਗਭਗ ਵੱਖ ਵੱਖ ਥਾਵਾਂ ਤੋਂ 110 ਬੱਚਿਆਂ ਨੇ ਇਸ ਦੇ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਵਿੱਚ ਖਾਸ ਭੂਮਿਕਾ ਨਿਭਾਉਣ ਵਾਲੇ ਡਾਕਟਰ ਰਾਜਵੰਤ ਸਿੰਘ ਹੋਰਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਸਾਡੇ ਪ੍ਰਤੀਨਿਧ ਸਰਮੁਖ ਸਿੰਘ ਮਨਕੂ ਦੀ ਖਾਸ ਰਿਪੋਰਟ, ਆਓ ਵੇਖਦੇ ਹਾਂ ਜਸ ਕੈਮਰੇ ਦੀ ਨਜ਼ਰ ਰਾਹੀਂ। ਵੀਰੋ ਅਤੇ ਭੈਣੋ, ਸਾਡੇ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਅਮਰੀਕਾ ਦੇ ਵਿੱਚ ਜੰਮੇ ਪਲੇ ਬੱਚੇ, ਅਣਗਿਣਤ ਸਿੱਖ ਪੇਰੈਂਟਸ ਨੇ ਸਾਡੇ ਉੱਤੇ ਕੌਨਫੀਡੈਂਸ ਰੱਖ ਕੇ ਇੱਥੇ ਬੱਚਿਆਂ ਨੂੰ ਹਰ ਸਾਲ ਉਹ ਇੱਥੇ ਗੁਰਮਤਿ ਦੀ ਟ੍ਰੇਨਿੰਗ ਦੇਣ ਲਈ ਕੈਂਪ ਗੁਰਮਤਿ ਦੇ ਵਿੱਚ ਭੇਜਦੇ ਨੇ, ਜਿਹੜਾ ਕਿ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਵੱਲੋਂ ਵਾਸ਼ਿੰਗਟਨ ਡੀਸੀ ਦੇ ਵਿੱਚ ਪਿਛਲੇ 25-26 ਸਾਲਾਂ ਤੋਂ ਲਗਾਇਆ ਜਾ ਰਿਹਾ ਹੈ। ਸੋ ਕੈਂਪ ਗੁਰਮਤਿ 2019 ਦੇ ਸਾਰੇ ਜਿਹੜੇ ਬੱਚੇ ਨੇ ਟ੍ਰੇਨਿੰਗ ਇੱਥੇ ਲੈ ਕੇ ਇਹਨਾਂ ਨੇ ਗੱਤਕੇ ਦਾ ਅੱਜ ਇੱਥੇ ਸ਼ੋਅ ਸੰਗਤਾਂ ਦੇ ਸਾਹਮਣੇ ਜ਼ਾਹਰ ਕੀਤਾ, ਆਪਣੇ ਜੌਹਰ ਦਿਖਾਏ। ਅਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇੱਥੇ ਹੀ ਬੱਚਿਆਂ ਨੇ ਜਿਹੜਾ ਗੱਤਕਾ ਸਿੱਖ ਕੇ ਹੁਣ ਇਹ ਟੀਚਰ ਬਣ ਗਏ ਨੇ ਅਤੇ ਹੋਰ ਬੱਚਿਆਂ ਨੂੰ ਇਹ ਲਾਗ ਲਗਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਐਮ ਰੀਲੀ ਅਪਰੀਸ਼ੀਏਟ ਦ ਓਪਰਚੁਨਿਟੀ ਟੂ ਫਰਸਟ ਆਫ ਆਲ ਟੀਚ ਆਲ ਦ ਕਿਡਸ ਫਰੋਮ ਆਲ ਦ ਏਜ ਗਰੁੱਪਸ। ਵੀ ਰੀਲੀ ਅਪਰੀਸ਼ੀਏਟ ਇਟ। ਆਈ ਕੁਡਨਟ ਹੈਵ ਡਨ ਇਟ ਵਿਦ ਦ ਐਕਸਲੈਂਟ ਟੀਮ, ਵਿਦਆਊਟ ਜਸਪ੍ਰੀਤ ਸਿੰਘ, ਗੁਰਜੀਤ ਸਿੰਘ, ਸੁਖਮਨ ਕੌਰ, ਮਦਰ ਕੌਰ, ਕੀਰਤ ਸਿੰਘ, ਇੰਦਰਬੀਰ ਸਿੰਘ, ਦਿਸ ਇਜ਼ ਮਾਈ ਟੀਮ ਐਂਡ ਯੂ ਨੋ ਵੀ ਬਿਨ ਫਸਟ ਲਰਨਿੰਗ। ਆਪਾਂ ਪਹਿਲਾਂ ਸਿੱਖਦੇ ਰਹੇ ਹਾਂ, ਹੁਣ ਸਿਖਾ ਰਹੇ ਹਾਂ। ਆਈ ਅਰਜ ਐਵਰੀ ਪੇਰੈਂਟ ਆਊਟ ਦੇਅਰ ਟੂ ਪਲੀਜ਼ ਪ੍ਰਮੋਟ ਗੱਤਕਾ, ਪਲੀਜ਼ ਪ੍ਰਮੋਟ ਸਿੱਖੀ ਥਰੂ ਗੱਤਕਾ। ਵੀ ਹੈਵ ਹੈਡ ਅ ਰੀਅਲੀ ਗੁੱਡ ਸਕਸੈਸ ਗੋਇੰਗ ਇਨ ਅਰਾਊਂਡ ਨੌਰਥ ਅਮੈਰੀਕਾ। ਵਿਲ ਬੀ ਗੋਇੰਗ ਟੂ ਦ ਜੰਗ ਕੰਪਟੀਸ਼ਨ ਔਨ ਸੰਡੇ ਐਜ਼ ਵੈਲ ਐਟ ਰਿਚਮੰਡ ਹਿਲ ਗੁਰਦੁਆਰਾ। We'll be taking at least 12 people from here, and I couldn't have done it without the support of the camp and also the Guru Ghar. Vaheguru Ji Ka Khalsa, Vaheguru Ji Ki Fateh. We say that it's with Vaheguru's Kirpa that we have this many seeds in our present that are able to connect to their roots and keep this rich tradition alive. And it's not just all of us standing here that we're able to keep this tradition going. It's also their parents who week after week
when we call and need something, they support us. And it's the Sangat and the Gurdwara that support every endeavor that we try to do in order to raise this tradition of Gatka and help connect the Sikh youth and keep them out of trouble so that in future years, these are your future teachers that will be standing here giving this speech, not us. So, aap sab nu pata hai ki is saal assi Guru Nanak Sahib Ji Maharaj Ji da 550 saala aagman divas mana rahe haan te sara jehda saada camp da focus vi si oh vi Guru Nanak Sahib diyan udasiyan teachings te naal assi rakhe si ke sab to vadd bacche paath Japji Sahib da karde hai sangat vi kardi hai taaki inhan nu Japji Sahib da message pata lag sake Japji Sahib jadon karan ਇਹਨਾਂ ਨੂੰ ਪਤਾ ਹੋਵੇ ਸਤਸੰਗਤ ਇਹ ਹੈ ਸਾਡਾ ਸਿੱਖੀ ਦਾ ਫਿਊਚਰ ਮੈਂ ਸਮਝਦਾ ਕਿ ਜਿੰਨੇ ਸਾਡੇ ਬੱਚੇ ਸਟਰੋਂਗ ਹੋਣਗੇ ਜਿੰਨੇ ਬੱਚੇ ਸਿੱਖੀ ਪ੍ਰਤੀ ਅਵੇਅਰ ਹੋਣਗੇ ਜਿੰਨਾ ਪਿਆਰ ਇਹਨਾਂ ਵਿੱਚ ਸਿੱਖੀ ਪ੍ਰਤੀ ਹੋਏਗਾ ਤੇ ਸਾਨੂੰ ਅਗਲਾ ਭਵਿੱਖ ਜਿਹੜਾ ਸਿੱਖੀ ਦਾ ਉਜਲਾ ਨਜ਼ਰ ਆ ਰਿਹਾ ਹੈ ਅਮਰੀਕਾ ਦੇ ਵਿੱਚ ਵਾਈਟ ਹਾਊਸ ਤੋਂ ਵੱਖ ਵੱਖ ਰਾਜਨੀਤਿਕ ਅਤੇ ਸਮਾਜਿਕ ਸਰਗਰਮੀਆਂ ਜਿਹੜੀਆਂ ਨੇ ਉਹ ਨਿੱਤ ਚੱਲਦੀਆਂ ਰਹਿੰਦੀਆਂ ਨੇ ਔਰ ਸਾਡੇ ਭਾਰਤੀਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਉਤਸੁਕਤਾ ਹੁੰਦੀ ਹੈ ਕਿ ਵਾਈਟ ਹਾਊਸ ਤੋਂ ਜਾਰੀ ਹੋਣ ਵਾਲੇ ਆਦੇਸ਼ ਜਾਂ ਨਿਰਦੇਸ਼ ਕਿਹੋ ਜਿਹੇ ਹੁੰਦੇ ਨੇ ਔਰ ਇਹਨਾਂ ਦੇ ਵਿੱਚ ਕਈ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਹੁੰਦੇ ਨੇ ਪਰ ਕਈ ਨਾਗਰਿਕਾਂ ਦੇ ਹੱਕਾਂ ਨੂੰ ਲੈ ਕੇ ਵੀ ਹੁੰਦੇ ਨੇ ਬੀਤੇ ਦਿਨੀ ਵਾਈਟ ਹਾਊਸ ਅਤੇ ਰੋਜ਼ ਗਾਰਡਨ ਦੇ ਵਿੱਚੋਂ ਰਾਸ਼ਟਰਪਤੀ ਟਰੰਪ ਹੋਰਾਂ ਨੇ ਅਮਰੀਕਨ ਨਾਗਰਿਕਤਾ ਅਤੇ ਸੈਂਸਸ ਦੇ ਉੱਤੇ ਆਪਣੇ ਲਗਭਗ ਲੰਬੇ ਵਿਚਾਰ ਜਿਹੜੇ ਸੀ ਉਹ ਪੇਸ਼ ਕੀਤੇ ਔਰ ਕੌਮ ਦੇ ਨਾਂ ਬਕਾਇਦਾ ਤੌਰ ਦੇ ਉੱਤੇ ਨਾਗਰਿਕ ਹੱਕਾਂ ਅਤੇ ਸੈਂਸਸ ਪ੍ਰਤੀ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਵਾਈਟ ਹਾਊਸ ਅਤੇ ਰੋਜ਼ ਗਾਰਡਨ ਤੋਂ ਸਾਡੇ ਵਿਸ਼ੇਸ਼ ਪ੍ਰਤੀਨਿਧ ਸਰਮੁਖ ਸਿੰਘ ਮਨਕੂ ਦੀ ਇੱਕ ਖਾਸ ਰਿਪੋਰਟ ਆਓ ਵੇਖਦੇ ਹਾਂ ਜਸ ਕੈਮਰੇ ਦੀ ਨਜ਼ਰ ਰਾਹੀਂ Today I'm here to say we are not backing down on our effort to determine the citizenship status of the United States population. I stand before you to outline new steps my administration is taking to ensure that citizenship is counted so that we know how many citizens we have in the United States. Make sense? We will defend the right of the American people to know the full facts about the population, size of citizens and non-citizens in America. It is essential that we have a clear breakdown of the number of citizens and non-citizens that make up the U.S. populations. Imperative. Knowing this information is vital to formulating sound public policy, whether the issue is health care, education, civil rights, or immigration. We must have a reliable count of how many citizens, non-citizens, and illegal aliens are in our country. The Department of Commerce sensibly decided to include a citizenship question in the 2020 census, as has been done many, many times throughout the history of the United States. Unfortunately, this effort was delayed by meritless litigation. As shocking as it may be, far-left Democrats in our country are determined to conceal the number of illegal aliens in our midst. They probably know the number is far greater, much higher than anyone would have ever believed before. Maybe that's why they fight so hard. This is part of a broader left-wing effort to erode the rights of the American citizen and is very unfair to our country. The Supreme Court ultimately affirmed our right to ask the citizenship question, and very strongly it was affirmed.
But the Supreme Court also ruled that we must provide further explanation that would have produced even more litigation and considerable time delays. The case is already in three federal district courts that have been, to be totally honest, extremely unfriendly to us. These delays would have prevented us from completing the census on time. It's deeply regrettable, but it will not stop us from collecting the needed information, and I think even in greater detail and more accurately. Therefore, we are pursuing a new option to ensure a complete and timely count of the non-citizen population. Today, I will be issuing an executive order to put this very plan into effect immediately. I am hereby ordering every department and agency in the federal government to provide the Department of Commerce with all requested records regarding the number of citizens and non-citizens in our country. They must furnish all legally accessible records in their possession immediately. We will utilize these vast federal databases to gain a full, complete, and accurate count of the non-citizen population, including databases maintained by the Department of Homeland Security and the Social Security Administration. We have great knowledge in many of our agencies. We will leave no stone unturned. The Census Bureau projected that using previously available records, it could determine citizenship for 90% of our population or more. With today's executive order, which eliminates long-standing obstacles to data sharing, we're aiming to count everyone. Ultimately, this will allow us to have an even more complete count of citizens than through asking the single question alone. It will be, we think, far more accurate. The Census Bureau can use this information, along with information collected through the questionnaire, to create the official census. In other words, as a result of today's executive order, we will be able to ensure the 2020 census generates an accurate count of how many citizens, non-citizens, and illegal aliens are in the United States of America. Not too much to ask. This will greatly inform a wide array of public policy decisions. This information is also relevant to administering our elections. Some states may want to draw state and local legislative districts based upon the voter eligible population. Indeed, the same day the Supreme Court handed down the census decision, it also said it would not review certain types of districting decisions, which could encourage states to make such decisions based on voter eligibility. With today's order, we will collect all of the information we need to conduct an accurate census and to make responsible decisions about public policy, voting rights, and representation in Congress. In everything we do, we will faithfully represent the people of the United States of America. ਸੱਭਿਆਚਾਰਕ ਮੇਲਿਆਂ ਦਾ ਦੌਰ ਬਕਾਇਦਾ ਤੌਰ ਦੇ ਉੱਤੇ ਅਮਰੀਕਾ ਕੈਨੇਡਾ ਦੇ ਵਿੱਚ ਹਾਲੇ ਵੀ ਜਾਰੀ ਹੈ ਔਰ ਮੈਂ ਇਹ ਸਮਝਾਂਗਾ ਕਿ ਜੁਲਾਈ ਅਗਸਤ ਤੱਕ ਵੀ ਸਾਡੇ ਵਿਦੇਸ਼ਾਂ ਦੇ ਵਿੱਚ ਵਿਸਾਖੀ ਜਿਹੜੀ ਹੈ ਉਹ ਮੁੱਕਣ ਦਾ ਨਾਂ ਨਹੀਂ ਲੈਂਦੀ ਅਤੇ ਤੀਆਂ ਦੇ ਤਿਉਹਾਰ ਜਿਹੜੇ ਨੇ ਉਹ ਸਿਰ ਦੇ ਉੱਤੇ ਆਏ ਹੋਏ ਨੇ ਪੰਜਾਬੀ ਵੱਡੇ ਪੱਧਰ ਦੇ ਉੱਤੇ ਜਸ਼ਨ ਮਨਾਉਂਦੇ ਨੇ ਔਰ ਇਸੇ ਲੜੀ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਕੈਲੀਫੋਰਨੀਆ ਦੇ ਫਰਿਜ਼ਨੋ ਟਾਵਰ ਥੀਏਟਰ ਦੇ ਵਿੱਚ ਬਾਜ਼ 2019 ਪ੍ਰੋਗਰਾਮ ਜਿਹੜਾ ਉਹ ਕਰਵਾਇਆ ਗਿਆ ਔਰ ਇਹ ਪ੍ਰੋਗਰਾਮ ਦੇ ਕਰਤਾ ਧਰਤਾ ਜਿਹੜੇ ਸੀ ਸ਼ਿਕਾਗੋ ਪੀਜ਼ਾ ਐਂਡ ਟਵਿਸਟ ਦੇ ਤੇਜੀ ਪੱਡਾ ਸਨੀ ਬੱਦਨ ਅਤੇ ਮੋਹਨ ਚੀਮਾ ਖਾਸ ਤੌਰ ਦੇ ਉੱਤੇ ਸਨ ਔਰ ਇਸ ਪ੍ਰੋਗਰਾਮ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਵਾਲੀਆਂ ਹਸਤੀਆਂ ਦੇ ਵਿੱਚ ਜਿੱਥੇ ਸਿੱਪੀ ਗਿੱਲ ਦਾ ਜ਼ਿਕਰ ਆਉਂਦਾ ਉੱਥੇ ਦਿਲਪ੍ਰੀਤ ਢਿੱਲੋਂ ਗੁਰਲੇਜ਼ ਅਖਤਰ ਔਰ ਕੁਲਵਿੰਦਰ ਕੈਲੀ ਤੋਂ ਇਲਾਵਾ ਸਥਾਨਕ ਕਲਾਕਾਰਾਂ ਦੇ ਵਿੱਚ ਰਜੇਸ਼ ਰਾਜੂ ਦਾ ਵੀ ਜ਼ਿਕਰ ਕਰਨਾ ਬਣਦਾ ਔਰ ਇਸ ਪ੍ਰੋਗਰਾਮ ਨੂੰ ਖਾਸ ਤੌਰ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਨੇ ਸਾਡੇ ਕੈਲੀਫੋਰਨੀਆ ਦੇ ਵਿੱਚ ਪ੍ਰਤੀਨਿਧ ਜਗਤਾਰ ਜੱਗੀ ਦੀ ਇੱਕ ਖਾਸ ਰਿਪੋਰਟ ਜਸ ਕੈਮਰੇ ਦੀ ਨਜ਼ਰ ਵਿੱਚ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਪਹੁੰਚਿਆ ਫਰਿਜ਼ਨੋ ਦੇ ਟਾਵਰ ਥੀਏਟਰ ਦੇ ਵਿੱਚ ਜਿੱਥੇ ਬੜਾ ਵਧੀਆ ਪ੍ਰੋਗਰਾਮ ਹੋ ਰਿਹਾ ਬਾਜ 2019 ਜਿਹਦੇ ਵਿੱਚ ਬੜੇ ਵਧੀਆ ਕਲਾਕਾਰ ਪਹੁੰਚੇ ਹੋਏ ਨੇ ਦਿਲਪ੍ਰੀਤ ਢਿੱਲੋਂ ਸਿੱਪੀ ਗਿੱਲ ਗੁਰਲੇਜ਼ ਅਖਤਰ ਕੁਲਵਿੰਦਰ ਕੈਲੀ ਕਰਮ ਬਾਜਵਾ ਅਤੇ ਨਾਲ ਦੀ ਨਾਲ ਜੀਤਾ ਗਿੱਲ ਵੀ ਇੱਥੇ ਪਹੁੰਚਿਆ ਹੋਇਆ ਸਾਰੇ ਕਲਾਕਾਰ ਪਹੁੰਚ ਕੇ ਬਿਲਕੁਲ ਤਿਆਰ ਬਰ ਤਿਆਰ ਬੈਠੇ ਨੇ
ਅਤੇ ਪ੍ਰੋਗਰਾਮ ਹੁਣੇ ਸ਼ੁਰੂ ਹੋਣ ਵਾਲਾ। ਅਗਰ ਇਸ ਬਾਜ 2019 ਦੀ ਗੱਲ ਕਰੀਏ ਤਾਂ ਇਹਨੂੰ ਕਰਵਾਉਣ ਜਾ ਰਹੇ ਨੇ ਸ਼ਿਕਾਗੋਜ਼ ਪੀਜ਼ਾ ਵਿਦ ਏ ਟਵਿਸਟ ਤੇਜੀ ਪੱਡਾ ਜੀ, ਅਤੇ ਨਾਲ ਨਾਲ ਮੋਹਨ ਚੀਮਾ ਜੋ ਕਿ ਫਰੈਜ਼ਨੋ ਦੀ ਜਾਣੀ ਪਹਿਚਾਣੀ ਹਸਤੀ ਹੈ। ਔਰ ਆਓ ਦੇਖਦੇ ਹਾਂ ਟਾਵਰ ਥੀਏਟਰ ਦੇ ਅੰਦਰ ਬਾਜ 2019 ਦੇ ਕੁਝ ਰੰਗ। ਹਾਂਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਬਾਜ 2019 ਹੋਣ ਜਾ ਰਿਹਾ ਫਰੈਜ਼ਨੋ ਥੀਏਟਰ ਦੇ ਵਿੱਚ। ਮੈਂ ਕਰੀ ਹਾਊਸ ਇੰਡੀਅਨ ਰੈਸਟੋਰੈਂਟ ਦਾ ਓਨਰ ਤੁਹਾਡੇ ਸਾਰਿਆਂ ਦਾ ਵੈਲਕਮ ਕਰਦੇ ਹਾਂ। ਵਧੀਆ ਖਾਣਾ, ਵਧੀਆ ਸ਼ੋਅ ਸਾਰੇ ਫੈਮਿਲੀ ਮੈਂਬਰਾਂ ਵਾਸਤੇ। ਮੇਰੇ ਵੱਲੋਂ ਮਲਕੀਤ ਮੀਤ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਆ ਟਾਵਰ ਥੀਏਟਰ ਫਰੈਜ਼ਨੋ ਦੇ ਵਿੱਚ ਖੜ੍ਹੇ ਹਾਂ ਅਤੇ ਅੱਜ ਇੱਥੇ ਸ਼ੋਅ ਹੋ ਰਿਹਾ ਜੀ, ਬਾਜ 2019। ਬਹੁਤ ਵਧੀਆ ਸ਼ੋਅ ਆ ਜੀ, ਦੇਖੋ ਐਨ ਦਿਖਾਓ ਇਹਨਾਂ ਨੂੰ, ਲੋਕਾਂ ਨੂੰ, ਆਪਣਿਆਂ ਨੂੰ ਭਰਿਆ ਪਿਆ ਜੀ। ਥੈਂਕ ਯੂ ਸਾਰਿਆਂ ਨੂੰ, ਬਹੁਤ ਬਹੁਤ ਮਿਹਰਬਾਨੀ ਇੱਥੇ ਪਹੁੰਚਣ ਦੀ, ਅਤੇ ਸ਼ੋਅ ਬਹੁਤ ਛੇਤੀ ਸ਼ੁਰੂ ਹੋਣ ਵਾਲਾ ਜੀ। ਗੁਰਲੇਜ ਅਖਤਰ ਜੀ, ਕੁਲਵਿੰਦਰ ਕੈਲੀ ਜੀ, ਗੁਰਲੇਜ ਅਖਤਰ ਜੀ ਦੀ ਔਰ ਇਹਨਾਂ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਅੱਜ ਕੱਲ੍ਹ ਕੋਈ ਐਸੀ ਫਿਲਮ ਨਹੀਂ ਹੋਣੀ ਜਿਹਦੇ 'ਚ ਇਹਨਾਂ ਦਾ ਗਾਣਾ ਨਾ ਹੋਵੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਥੈਂਕ ਯੂ। ਪਹਿਲਾਂ ਤਾਂ ਜਸ ਪੰਜਾਬੀ ਸਾਰੇ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੁਹਾਡੀ ਆਪਣੀ ਗੁਰਲੇਜ ਅਖਤਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਮੈਂ ਦੂਸਰੀ ਗੱਲ ਕਰਾਂਗੀ ਭਾਅ ਜੀ, ਤੁਸੀਂ ਆਪ ਬਹੁਤ ਸ਼ਾਏ ਹੋਏ ਆ, ਸੋ ਥੈਂਕ ਯੂ ਸੋ ਮੱਚ। ਸਾਰੇ ਬਹੁਤ ਪਿਆਰ ਦੇ ਰਹੇ ਤੁਸੀਂ ਹਰ ਗੀਤ ਨੂੰ, ਹਰ ਬੋਲ ਨੂੰ। ਔਰ ਅੱਜ ਫਰੈਜ਼ਨੋ ਦੇ ਵਿੱਚ ਪਹੁੰਚੇ ਹਾਂ, ਜਿਹੜਾ ਕਿ ਸ਼ਿਕਾਗੋ ਪੀਜ਼ਾ ਵਿਦ ਦਾ ਟਵਿਸਟ ਅਤੇ ਮੋਹਨ ਚੀਮਾ ਜੀ ਹੋਣਾ ਵੱਲੋਂ ਟਾਵਰ ਥੀਏਟਰ ਦੇ ਵਿੱਚ ਮੇਲਾ ਕਰਵਾਇਆ ਗਿਆ। ਬਹੁਤ ਸੋਹਣਾ ਉਤਸ਼ਾਹ ਹੈ, ਸਾਰੇ ਸਰੋਤੇ ਬੜਾ ਪਿਆਰ ਦੇ ਰਹੇ ਨੇ, ਹਾਲ ਫੁੱਲ ਆਲਰੇਡੀ, ਸੋਲਡ ਆਊਟ ਹੋ ਚੁੱਕਿਆ ਸ਼ੋਅ, ਸੋ ਥੈਂਕ ਯੂ ਸੋ ਮੱਚ ਇੰਨਾ ਪਿਆਰ ਦੇਣ ਲਈ। ਸਭ ਤੋਂ ਪਹਿਲਾਂ ਜੀ, ਮੈਂ ਵੀ ਤੁਹਾਡਾ ਸਾਰਿਆਂ ਦਾ, ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਤੁਹਾਡੇ ਕੁਲਵਿੰਦਰ ਕੈਲੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸ਼ੁਕਰਗੁਜ਼ਾਰ ਹਾਂ ਜੱਗੀ ਭਾਅ ਜੀ, ਤੁਸੀਂ ਹਮੇਸ਼ਾ ਸਾਨੂੰ ਜਦੋਂ ਵੀ ਜਿੱਥੇ ਵੀ ਮਿਲਦੇ ਹੋ ਬੜਾ ਪਿਆਰ ਕਰਦੇ ਹੋ, ਹਮੇਸ਼ਾ ਸਾਨੂੰ ਬਹੁਤ ਇੱਜ਼ਤ ਮਾਣ ਦਿੰਦੇ ਹੋ। ਅਤੇ ਮੈਂ ਅੱਜ ਫਰੈਜ਼ਨੋ ਪਹੁੰਚੇ ਹਾਂ ਜੀ, ਸਾਡਾ ਅਮੈਰੀਕਾ ਦਾ ਟੂਰ ਚੱਲ ਰਿਹਾ, ਅੱਜ ਫਰੈਜ਼ਨੋ ਸਾਡਾ ਸ਼ੋਅ ਹੈ। ਔਰ ਸ਼ਿਕਾਗੋ ਪੀਜ਼ਾ ਵਾਲਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਸ਼ੋਅ ਬਹੁਤ ਅੱਛਾ ਜਾ ਰਿਹਾ ਅਤੇ ਸਾਰੇ ਲੋਕ ਇੰਜੋਏ ਕਰ ਰਹੇ ਆ, ਔਰ ਤੁਹਾਡਾ ਆਸ਼ੀਰਵਾਦ ਚਾਹੀਦਾ ਇਸੇ ਤਰ੍ਹਾਂ। ਇਹ ਗੁਰਲੀ ਜੀ, ਤੁਹਾਨੂੰ ਸਲਾਹ ਲੈਣੀ ਹੈ, ਤੁਸੀਂ ਫਿਲਮਾਂ ਦੇ ਵਿੱਚ ਘੱਟ ਗਾਉਣਾ ਸ਼ੁਰੂ ਕਰੋ, ਕਿਉਂਕਿ ਫਿਲਮਾਂ ਦੇ ਵਿੱਚ ਜਿੰਨਾ ਗਾਉਂਦੇ ਸਾਰੇ ਗਾਣੇ ਹਿੱਟ ਹੋ ਜਾਂਦੇ, ਤੁਹਾਡਾ ਭਾਰ ਵਧੀ ਜਾਂਦਾ। ਗਲਾਫ ਸਟੇਜ 'ਤੇ ਜਾ ਕੇ ਦੱਸਦੇ ਹਾਂ ਜੀ ਵੀ ਤੁਹਾਨੂੰ ਕੀ ਕਹਿੰਦਾ। ਬਾਕੀ ਫਰੈਜ਼ਨੋ 'ਚ ਆਇਆ ਤਾਂ ਮੈਂ 3 ਸਾਲਾਂ ਬਾਅਦ ਆਇਆ ਹੁਣ, ਇਹ ਪਹਿਲਾਂ 2016 'ਚ ਆਏ ਸੀਗੇ ਅਤੇ ਹੁਣ 2019 ਹੋ ਗਿਆ। ਮੈਂ ਨਹੀਂ ਬਾਈ, ਉਹਨਾਂ ਨੂੰ ਪਤਾ ਹੀ ਆ, ਮੈਂ ਤਾਂ ਅੱਜ ਇਸ ਬੰਦੇ ਨੂੰ 3 ਸਾਲਾਂ ਬਾਅਦ ਮਿਲ ਰਿਹਾ ਅਤੇ ਬਹੁਤ ਜ਼ਿਆਦਾ ਐਕਸਾਈਟਡ। ਨਸ਼ਾ ਪੱਤਾ ਕਰਦੇ ਨਹੀਂ ਸੌ ਲੱਗੇ ਰੱਬ ਦੀ, ਘੋੜੇ ਨਾਲ ਪੱਕੀ ਯਾਰੀ ਮਿੱਤਰਾਂ ਦੇ ਡੱਬ ਦੀ, ਹੋ ਗਿਆ ਤੇਰੇ ਉੱਤੇ ਡੁੱਲ ਟੰਗੂ ਵਾਲਾਂ ਵਿੱਚ ਫੁੱਲ ਬੈਲੀ, ਆਸ਼ਕੀ ਦੀ ਲਾਈਨ ਵਿੱਚ ਆਉਣਗੇ ਆ, ਭਾਵੇਂ ਰੱਖ ਲਈ ਗੁਲਾਬ ਭਾਵੇਂ ਮੋੜ ਦੀ, ਇੱਕ ਵਾਰ ਤਾਂ ਹਵਾਈ ਫੇਰ ਹੋਣਗੇ। ਸ਼ਿਕਾਗੋ ਪੀਜ਼ਾ ਟੀਮ ਵੱਲੋਂ ਸਤਿ ਸ਼੍ਰੀ ਅਕਾਲ, ਅਤੇ ਅਸੀਂ ਸਾਰਿਆਂ ਦਾ ਆਪਣੇ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਜਿਨ੍ਹਾਂ ਨੇ ਇਹ ਸ਼ੋਅ ਦੇ ਵਿੱਚ ਆ ਕੇ ਆਪਣਾ ਸੰਡੇ ਨੂੰ ਹੁੰਮ ਹੁੰਮ ਆ ਕੇ ਹੰਗਾਰਾ ਭਰਿਆ, ਅਤੇ ਇੱਕ ਕਮਿਊਨਿਟੀ ਦਾ ਜਿਹੜਾ ਜ਼ਰੀਏ ਥਰੂ ਸਾਰਿਆਂ ਨੂੰ ਇੱਕ ਦੂਜੇ ਨਾਲ ਕਨੈਕਟ ਕੀਤਾ, ਅਤੇ ਅਸੀਂ ਇਹ ਕਿੰਨੇ ਫੈਮਿਲੀ ਸ਼ੋਅ ਆ, ਸਾਰੇ ਜਾਣੇ ਆਪਣਾ ਆਨੰਦ ਮਾਣੋ ਅਤੇ ਇੰਜੋਏ ਕਰਕੇ ਜਾਓ। ਇਹਦੇ ਵਿੱਚ ਕਾਫੀ ਜਿੱਦਾਂ ਸੁਜੱਜੀ ਗਾਇਕੀ ਵਾਲੇ ਕਲਾਕਾਰ ਜਿਹੜੇ ਆਏ ਆ, ਜਿੱਥੇ ਪੰਜਾਬ ਦੀ ਫਿਕਰਮੰਦੀ ਵਾਲੇ ਲੋਕ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਵਿਅਕਤੀ ਜਿਹੜੇ ਨੇ ਉਹ ਅਮਰੀਕਾ ਦੌਰੇ 'ਤੇ ਆਉਂਦੇ ਨੇ, ਔਰ ਇਸੇ ਤਰ੍ਹਾਂ ਬੀਤੇ ਦਿਨੀ ਕੈਲੀਫੋਰਨੀਆ ਦੌਰੇ ਦੇ ਉੱਤੇ ਪਹੁੰਚੇ ਉੱਘੇ ਪੱਤਰਕਾਰ ਬਲਤੇਜ ਪੰਨੂ, ਔਰ ਜਿਨ੍ਹਾਂ ਦਾ ਸਨਮਾਨ ਵਿਸ਼ੇਸ਼ ਜਿਹੜਾ ਸੀ ਉਹ ਇੰਡੋ ਅਮਰੀਕਨ ਹੈਰੀਟੇਜ ਸੁਸਾਇਟੀ ਫਰੈਜ਼ਨੋ ਵੱਲੋਂ ਵੀ ਕੀਤਾ ਗਿਆ। ਔਰ ਬਲਤੇਜ ਪੰਨੂ ਹੋਰਾਂ ਦੇ ਭਾਸ਼ਣਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬ ਦੇ ਡੂੰਘੇ ਹੋ ਰਹੇ ਪਾਣੀਆਂ ਦਾ ਜ਼ਿਕਰ ਸੀ, ਔਰ ਨਸ਼ੇ ਦੇ ਨਾਲ ਖਤਮ ਹੋ ਰਹੀ ਪੰਜਾਬੀ ਜਵਾਨੀ ਦਾ ਵੀ ਇੱਕ ਖਾਸ ਜ਼ਿਕਰ ਸੀ। ਆਓ ਵੇਖਦੇ ਹਾਂ ਸਾਡੇ ਜਸ ਕੈਮਰੇ ਦੀ ਨਜ਼ਰ ਦੇ ਵਿੱਚ ਇਸ ਪ੍ਰੋਗਰਾਮ ਦੀਆਂ ਚੰਦ ਝਲਕਾਂ। ਅੱਜ ਇੰਡੋ US ਹੈਰੀਟੇਜ ਐਸੋਸੀਏਸ਼ਨ ਵੱਲੋਂ ਅਸੀਂ ਬਲਦੇਵ ਸਿੰਘ ਪੰਨੂ ਦਾ ਸਨਮਾਨ ਵਾਸਤੇ ਅਸੀਂ ਇੱਥੇ ਹਵੇਲੀ ਰੈਸਟੋਰੈਂਟ ਦੇ ਵਿੱਚ ਪਾਰਟੀ ਰੱਖੀ ਸੀ, ਇੱਕ ਗੈਟ ਟੁਗੈਦਰ ਔਰ ਸਾਰੇ ਫਰੈਂਡਾਂ ਦੀ, ਇੰਡੋ US ਹੈਰੀਟੇਜ ਐਸੋਸੀਏਸ਼ਨ ਦੇ ਫਰੈਂਡ ਔਰ ਬਾਕੀ ਸਾਰੇ ਮੀਡੀਆ ਦੇ ਫਰੈਂਡ ਦੋਸਤ ਸਾਡੇ ਜਿੰਨੇ ਵੀ ਆ, ਅਤੇ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਸਾਰਿਆਂ ਦਾ, ਆਪਣੇ ਦੋਸਤਾਂ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਸਾਡੀ ਇਸ ਗੈਟ ਟੁਗੈਦਰ ਦੇ ਵਿੱਚ ਪਾਰਟੀਸਪੇਟ ਕੀਤਾ। ਅਤੇ ਅੱਗੇ ਤੋਂ ਅਸੀਂ ਸਾਰਿਆਂ ਦਾ ਆਸ ਕਰਦੇ ਹਾਂ ਵੀ ਪਲੀਜ਼ ਸਾਰੇ ਹੀ ਸਾਡੇ ਨਾਲ ਮਿਲਵਰਤਨ ਕਰਕੇ ਫਰੈਜ਼ਨੋ ਦੇ ਵਿੱਚ ਪਲੀਜ਼ ਨਾਲ ਸਾਡੇ ਐਸੋਸੀਏਟ ਹੋਇਆ ਕਰੋ। ਧੰਨਵਾਦ ਕਰਦਾ ਆਪਣੀ ਇਸ ਪੀੜ੍ਹੀ ਵੱਲੋਂ ਕਿ ਜਿਹੜੀ ਜਿਨ੍ਹਾਂ ਦੇ ਵਿੱਚ ਇਹ ਆਉਣ ਇਹ ਕਰ ਰਹੇ ਆ, ਇਸ ਵੇਲੇ ਜੋ ਕੁਛ ਵੀ ਕਰ ਰਹੇ ਆ,
ਭਾਵੇਂ ਖਮਿਆਜਾ ਭੁਗਤਣਾ ਪੈ ਰਿਹਾ ਪਰ ਫਿਰ ਵੀ ਇਹ ਆਪਣੀ ਧੁੰਨ ਦੇ ਵਿੱਚ ਲੱਗੇ ਹੋਏ ਆ ਅਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਮੈਂ ਅਤੇ ਇਹਨਾਂ ਨੂੰ ਇੱਕ ਵਾਰੀ ਫਿਰ ਫਰਿਜਨਾਂ ਦੇ ਵਿੱਚ ਜੀ ਆਇਆ ਆਖਦਾ। ਜਿੱਥੇ ਦਰੱਖਤਾਂ ਦੀ ਗੱਲ ਚੱਲੀ ਆ ਸਾਨੂੰ ਵੀ ਪਤਾ ਵੀ ਵਿਕਾਸ ਦੇ ਨਾਂ ਦੇ ਉੱਤੇ ਪੰਜਾਬ ਨੂੰ ਬੰਜਰ ਕਰ ਦਿੱਤਾ ਗਿਆ। ਹਜ਼ਾਰਾਂ ਹੀ ਸਫੈਦੇ ਦਾ ਕੋਈ ਲੱਖਾਂ ਹੀ ਸਫੈਦੇ ਦਾ ਦਰੱਖਤ ਜਿਹੜਾ ਪੱਟ ਕੇ ਨਾ ਕਰਤਾ ਪਰ ਉਹਦੇ ਵਿੱਚੋਂ ਕੀ ਘਪਲੇ ਹੋਏ ਨੇ। ਮੈਂ ਸਾਧੂ ਸਿੰਘ ਸੰਘਾ ਦੇ ਹਾਕਮ ਸਿੰਘ ਹੋਰੀ ਸਾਰੇ ਜਿੰਨੇ ਵੀ ਨਿਰਮਲ ਸਿੰਘ ਧਨੌਲਾ ਸਾਰਿਆਂ ਨਾਲ ਗੱਲ ਕੀਤੀ ਉਦੋਂ ਤੋਂ ਹੀ ਅਸੀਂ ਉਡੀਕ ਰਹੇ ਸੀਗੇ ਅਤੇ ਫਿਰ ਉਹ ਸਿਧਾਂਤ ਦੇ ਵਿੱਚ ਹੀ ਅਸੀਂ ਆ ਜਿਹੜੀ ਮਿਲਣੀ ਅਸੀਂ ਰੱਖੀ ਸੀ ਵੀ ਜਿੰਨੇ ਕੁ ਵੀ ਮਿੰਟ ਸਾਨੂੰ ਮਿਲਣ ਤਾਂ ਅਸੀਂ ਤੁਹਾਡੀ। ਹੈਲੋ ਅਤੇ ਦੂਜੀ ਚੀਜ਼ ਦੋਸਤੋ ਮੈਂ ਅਤੇ ਕੇਸ ਮੇਰਾ ਬਹਿਸ 'ਤੇ ਆ ਸ਼ਾਇਦ ਪੰਨੂ ਸਾਹਿਬ ਨੂੰ ਮੇਰੀਆਂ ਗੱਲਾਂ ਯਾਦ ਹੋਣ ਅਤੇ ਕੇਸ ਮੇਰਾ ਬਹਿਸ 'ਤੇ ਆ ਜਦੋਂ ਵੀ ਕੋਈ ਫੈਸਲਾ ਹੋਇਆ ਮੈਂ ਜ਼ਰੂਰ ਆਉਂਦਾ ਅਤੇ ਜਦੋਂ ਦੋ ਤਿੰਨ ਕੁ ਹਫ਼ਤੇ ਪਹਿਲਾਂ ਮੈਂ ਮੈਸੇਜ ਕੀਤਾ ਇਹਨਾਂ ਨੂੰ। ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ 550 ਵਰ੍ਹੇ ਦੀ ਸ਼ੁਰੂਆਤ ਹੋ ਚੁੱਕੀ ਹੈ ਉੱਥੇ ਬੀਤੇ ਦਿਨੀ ਕੈਲੀਫੋਰਨੀਆ ਦੇ ਲਾਸ ਏਂਜਲਸ ਦੇ ਰਿਵਰ ਸਾਈਡ ਗੁਰੂ ਘਰ ਦੇ ਵਿੱਚ ਵੀ ਇੱਕ ਆਤਮਰਸ ਕੀਰਤਨ ਦਰਬਾਰ ਜਿਹੜਾ ਉਹ ਕਰਵਾਇਆ ਗਿਆ ਜਿਸ ਦੇ ਵਿੱਚ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਜੀ ਤੋਂ ਇਲਾਵਾ ਪੰਥ ਦੇ ਬਹੁਤ ਹੀ ਮਾਇਨਾਜ਼ ਅਤੇ ਮਹਾਨ ਕੀਰਤਨੀ ਜਥਿਆਂ ਨੇ ਵੀ ਇਸ ਕੀਰਤਨ ਦਰਬਾਰ ਦੇ ਵਿੱਚ ਹਿੱਸਾ ਲਿਆ ਔਰ ਖਾਸ ਤੌਰ ਦੇ ਉੱਤੇ ਜਸ ਪੰਜਾਬੀ ਨੇ ਕੈਦ ਕੀਤਾ ਇਸ ਬਹੁਤ ਹੀ ਧਾਰਮਿਕ ਅਤੇ ਰਸ ਭਿੰਨੇ ਕੀਰਤਨ ਦਰਬਾਰ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ। ਆਓ ਵੇਖਦੇ ਹਾਂ ਜਸ ਕੈਮਰੇ ਦੀ ਨਜ਼ਰ ਦੇ ਵਿੱਚ ਇਸ ਦੀਆਂ ਚੰਦ ਝਲਕਾਂ। ਤੋਂ ਨਿਕਲ ਕੇ ਸਿਰਫ ਕਮਰੇ ਦੀ ਛੱਤ ਤੱਕ ਜਾਂਦੀ ਸੀ ਜਿਹੜਾ ਪਾਟੇ ਕੱਪੜਿਆਂ ਵਾਲਾ ਬਾਲ ਖਲੋਤਾ ਸੀ ਉਹਦੀ ਅਰਦਾਸ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਜਾਂਦੀ ਪਈ ਸੀ। ਅਰਦਾਸ ਤੁਰ ਅੰਦਰ ਦੀ ਪੁਕਾਰ ਹੈ। ਦੂਜੀ ਗੱਲ ਅਰਦਾਸ ਦੀਆਂ ਕੁਝ ਨਿਸ਼ਾਨੀਆਂ ਨੇ। ਸਭ ਤੋਂ ਪਹਿਲੀ ਗੱਲ ਨਿਮਰਤਾ ਰੱਬ ਬਖਸ਼ੇ ਅਰਦਾਸ ਕਰਨ ਵਾਲੇ ਨੂੰ, ਦੂਜੀ ਗੱਲ ਸਿਦਕ ਬਖਸ਼ੇ, ਤੀਸਰੀ ਸ਼ਰਧਾ ਬਖਸ਼ੇ, ਚੌਥਾ ਉਹਨੂੰ ਭਰੋਸੇ ਦੀ ਦਾਤ ਬਖਸ਼ੇ। ਜਸ ਕੈਮਰੇ ਦੀ ਨਜ਼ਰ ਤੁਹਾਡਾ ਆਪਣਾ ਪ੍ਰੋਗਰਾਮ ਹੈ ਔਰ ਇਸ ਪ੍ਰੋਗਰਾਮ ਦਾ ਸਾਡਾ ਮੁੱਖ ਉਦੇਸ਼ ਹੀ ਆਪਣੀ ਕਮਿਊਨਿਟੀ ਵੱਲੋਂ ਕੀਤੇ ਜਾਂਦੇ ਖਾਸ ਤੌਰ ਦੇ ਉੱਤੇ ਯਤਨ ਕੰਮ, ਕਿਉਂਕਿ ਕੋਈ ਵੀ ਵਿਦੇਸ਼ ਦੇ ਵਿੱਚ ਸਮਾਂ ਕੱਢ ਕੇ ਯਤਨ ਕਰਨਾ ਉਹ ਆਪਣੇ ਆਪ ਦੇ ਵਿੱਚ ਹੀ ਮਾਣੇ ਰੱਖਦਾ ਔਰ ਸਾਡਾ ਇਹ ਉਦੇਸ਼ ਹੁੰਦਾ ਕਿ ਅਸੀਂ ਕੋਈ ਵੀ ਸਰਗਰਮੀ ਕਰਦੇ ਹਾਂ ਉਸ ਸਰਗਰਮੀ ਨੂੰ ਲੋਕਾਂ ਤੱਕ ਲਿਜਾਣਾ ਔਰ ਉਸ ਸਰਗਰਮੀ ਦੇ ਉੱਤੇ ਖਾਸ ਤੌਰ ਦੇ ਉੱਤੇ ਸਾਰਿਆਂ ਦੀ ਨਜ਼ਰ ਪੈ ਸਕੇ। ਇਸੇ ਕਰਕੇ ਜਸ ਕੈਮਰੇ ਦੀ ਨਜ਼ਰ ਇੱਕ ਉਹ ਗੁਲਦਸਤਾ ਜਿਹੜਾ ਹਰ ਹਫ਼ਤੇ ਅਸੀਂ ਸੋਮਵਾਰ ਨੂੰ ਔਰ ਸ਼ਨੀਵਾਰ ਦੁਪਹਿਰ ਨੂੰ ਤੁਹਾਡੇ ਰੂਬਰੂ ਕਰਦੇ ਹਾਂ। ਆਪਣੇ ਕਿਸੇ ਵੀ ਪ੍ਰੋਗਰਾਮ ਨੂੰ ਇਸ ਪ੍ਰੋਗਰਾਮ ਦੇ ਵਿੱਚ ਇੰਦਰਾਜ਼ ਕਰਾਉਣ ਵਾਸਤੇ ਹਮੇਸ਼ਾ ਯਾਦ ਰੱਖੋ riyad@justbroadcasting.com aur info@justbroadcasting.com। ਅਗਲੇ ਹਫ਼ਤੇ ਫਿਰ ਮਿਲਾਂਗੇ ਨਵੇਂ ਗੁਲਦਸਤੇ ਦੇ ਨਾਲ। ਇਜਾਜ਼ਤ ਦਿਓ, ਰੱਬ ਰਾਖਾ, ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ।